ਜੀ ਇੱਕ ਹਲਵਾ ਜੱਟ ਸੀ ਉਹਦਾ ਕੰਮ ਸੀ ਉਹ ਹਾਲੀ ਵਹੁੰਦਾ ਸੀ ਠੀਕ ਹੈ ਤੇ ਲੋਕਾਂ ਨੇ ਉਹਦਾ ਨਾਂ ਹਲਵਾ ਤਰ ਛੱਡਿਆ ਸੀ ਹਲ ਜੁੜਦਾ ਸੀਗਾ ਬੰਦਾ ਸਿੱਧ ਪੱਧਰਾ ਜਮਾ ਸਿੱਧਾ ਬੰਦਰਾ ਸੀ ਉਹ ਹਲਵਾ ਆਇਆ ਕਰੇ ਤੇ ਇੱਕ ਦਿਨ ਕੀ ਹੋਇਆ ਉਹ ਹਲ ਜੁੜੀ ਫਿਰੇ ਤੇ ਮਾਇਆ ਦਾ ਤੇ ਅਕਲ ਦਾ ਰੌਲਾ ਪੈ ਗਿਆ ਠੀਕ ਹੈ ਮਾਇਆ ਦੀ ਵੀ ਮੈਂ ਵੱਡੀਆਂ ਮੇਰਾ ਮੇਰਾ ਕਦਰ ਤੇਰਾ ਕਦਰ ਮੇਰੇ ਨਾਲ ਆ ਉਹ ਆਦੀ ਵੀ ਨਹੀਂ ਤੇਰਾ ਕਦਰ ਮੇਰੇ ਨਾਲ ਆ ਉਹ ਆਦੀ ਫਿਰ ਇਸ ਗੱਲ ਦਾ ਆਪਾਂ ਫੈਸਲਾ ਕਰਾ ਕੇ ਤੂੰ ਉਹ ਆਦੀ ਆ ਜਾ ਮਾਇਆ ਆਪਦੇ ਨੇ ਹਕਾਰ ਕਰੇ ਹਾਂ ਉਹਦੀ ਆ ਜਾ ਉਹਦੀ ਤੂੰ ਪਹਿਲਾਂ ਮਖੋਣੀ ਕੋਈ ਆਪਦਾ ਪ੍ਰਤਿਆਵਾ ਕੇ ਮੈਂ ਦੇਵਾਂ ਉਹਦੀ ਨਿਮਾਈ ਵਖਾਉ ਹਾਂ ਆ ਜਾ ਹੁਣ ਉਹ ਹਲਵਾ ਹਲਜੂੜੀ ਫਿਰੇ ਤੇ ਉਹ ਖੋਤਰੇ ਵਾਲੀਆਂ ਬਣ ਕੇ ਨਾਲ ਤੇ ਉਹਨੂੰ ਆਦਿਆਂ ਵੀ ਵਟ ਤੇ ਖੜ ਗਏ ਜਦੋਂ ਬਲਦ ਲਈ ਆਵੇ ਅੱਗੋਂ ਹਾਂ ਤੇ ਉਹਦਾ ਭਾਈ ਕੀ ਗੱਲ ਆ ਪਾਣੀ ਪੀਣਾ ਬਾਬਾ ਹਾਂ ਉਹਦਾ ਪਾਣੀ ਤਾਂ ਪੀ ਲੋ ਹੂੰ ਤੇ ਪਾਣੀ ਥੋੜਾ ਹੂੰ ਤੇ ਦੂਰ ਬਾਟਾ ਮੈਂ ਪਿੰਡ ਵੀ ਆਪਣਾ ਤੇ ਆ ਕੱਢਣਾ ਵੀ ਆ ਮੈਂ ਬਾ ਹੂੰ ਤੇ ਪਾਣੀ ਥੋੜੀ ਆ ਕਿਤੇ ਇਹ ਨਾ ਹੋਵੇ ਕੁਰਲੀਆਂ ਕਰ ਲਾਪੋ ਤੇ ਹੱਥ ਧੋਣ ਲਾਪੋ ਹੂੰ ਪਾਣੀ ਖਰਾਬ ਨਹੀਂ ਕਰਨਾ ਪਾਣੀ ਉਹਨਾਂ ਕ ਪੀ ਲਿਓ ਵੇਖ ਕੇ ਵੀ ਮੇਰੇ ਜੋਗਾ ਵੀ ਰਹੇ ਜੀ ਹੂੰ ਉਹਨਾਂ ਨੇ ਪਾਣੀ ਕਿਹੜਾ ਪੀਣਾ ਸੀ ਪਾਣੀ ਤਾਂ ਪੀਣਾ ਨਹੀਂ ਸੀ ਉਹਨਾਂ ਨੇ ਤੇ ਉਹਨਾਂ ਨੇ ਮਾੜਾ ਮੋਟਾ ਕਰਕੇ ਤੇ ਪਾਣੀ ਕੋਟ ਕੋਟ ਪੀਤਾ ਤੇ ਉਹਨੇ ਆਪ ਦੀ ਕਰਾਮਾਤ ਨਾਲ ਨਾਲ ਤੇ ਉਥੇ ਰਕਾਬ ਬਣਾ ਕੇ ਤੇ ਰੱਖਦਾ ਹੂੰ ਉਹਨੇ ਦੀ ਲਾ ਵੇਖੀ ਇਹ ਹੁਣੇ ਦੀ ਕਿਵੇਂ ਕਦਰ ਕਰਦਾ ਤੇ ਇਹਦੀ ਪੂਜਾ ਕਰੂਗਾ ਐ ਕਰੂਗਾ ਇਹਨੂੰ ਬੜਾ ਸੰਭਾਲੂਗਾ ਹੂੰ ਉਹ ਅੱਥੀ ਚੱਲ ਵੇਖ ਲੈਨੇ ਆ ਉੱਥੇ ਖਲ ਗਏ ਪੂਰੇ ਓਲੇ ਹੋ ਕੇ ਹੂੰ ਉਹਦੇ ਚਿੱਤ ਚ ਵੱਜੀ ਵੀ ਜਵਾਕੜੀਆਂ ਹੈਗੀਆਂ ਸੀ ਤੇ ਕਿਤੇ ਡੋਲ ਹੀ ਨ ਗਈਆਂ ਹੁਣ ਮਨਾ ਤੈਨੂੰ ਤੇ ਲੱਗਿਆ ਹੋਵੇ ਤੇ ਮੁੜ ਕੇ ਨੇੜੇ ਜਾਵੇਂ ਕੰਮ ਅੱਗੇ ਚ ਕੁਝ ਮਿਲੇ ਨਾ ਤੇ ਪਿੰਡ ਅੱਪੜਨਾ ਔਖਾ ਹੋ ਜੂ ਵੇਖ ਤਾਂ ਲੀਏ ਵੀ ਖਰਾਬ ਤਾਂ ਨਹੀਂ ਕਰ ਗਿਆ ਹੈਗਾ ਪਾਣੀ ਫਿਰ ਕੱਢ ਦਿਆਂਗੇ ਚਾਲ ਉਹਨੇ ਜਦੋਂ ਜਾ ਕੇ ਵੇਖਿਆ ਪਾਣੀ ਸੀਗਾ ਉਹਨੇ ਕਿਹਾ ਚਲ ਇਹ ਵੀ ਠੀਕ ਹੈ ਡੋਲਿਆ ਤਾਂ ਨਹੀਂ ਖਰਾਬ ਤਾਂ ਨਹੀਂ ਕੀਤਾ ਚਾਲ ਉਹਨੇ ਫੇਰ ਆਵਦਾ ਹਕ ਹਾਲਾ ਹਕ ਲੈ ਉਹ ਜਦੋਂ ਉਹਨੇ ਵੇਖਿਆ ਬਿਲਾ ਆ ਭੁੱਲ ਗਈਆਂ ਤੇ ਉੱਥੇ ਜਾ ਕੇ ਪੈਰ ਮਚਨਗੇ ਉਹਦੇ ਪਹਾੜ ਦੇ ਲਤਰੇ ਵੀ ਇਹ ਠੇਬੇ ਛੇਤਰ ਆ ਹੂੰ ਉਹਨੂੰ ਜਦੋਂ ਉਹੋ ਹੀ ਗੱਲ ਵੀ ਅਕਲ ਦਾ ਕੰਮ ਹੁੰਦਾ ਤੇ ਅਕਲ ਵਿੱਚ ਨਾ ਬੜੇ ਅਗਰ ਉਲਟ ਤੇ ਉੱਥੇ ਜਾ ਕੇ ਇਹ ਪੈਰ ਮਚਨਗੇ ਤੇ ਮੁੜ ਕੇ ਇਹ ਭਾਲਣ ਗੀਆਂ ਤੇ ਔਖੀਆਂ ਹੋਣਗੀਆਂ ਤੇ ਆ ਇੱਥੇ ਨਾ ਚੌੜ ਕਰਦੀਆਂ ਪਾਜੀਆਂ ਤੇ ਇੱਥੇ ਹੀ ਛੱਡ ਗਈਆਂ ਹੂੰ ਉਹਨੇ ਚੱਕਿਆ ਸੋਟੀ ਨਾਲ ਦੇ ਬੇਰੀ ਸੀ ਤੇ ਬੇਰੀ ਦੇ ਉੱਤੇ ਮਾਰਿਆ ਚਲਾ ਕੇ ਉਹ ਤਾਂ ਟੰਗਿਆ ਗਿਆ ਉਹ ਆਦੀ ਆਉਲ ਆ ਤੂਆਂ ਦੀ ਸਈ ਆਏ ਆ ਇਹਦਾ ਕੀਮਤੀ ਕੋਈ ਨਹੀਂ ਉਹ ਟੰਗ ਤਾਂ ਕੰਡਿਆਂ 'ਚ ਨਹੀਂ ਤੂੰ ਵੇਖੇਂਗੀ ਉਹ ਮੰਨੇ ਕਿਉਂ ਮੰਨੇ ਤੂੰ ਵੇਖੀ ਜਾਈਂ ਸਵੇਰੇ ਐਂ ਕਰੂਗਾ ਸਵੇਰੇ ਐਂ ਜਿਉਂ ਕਰੂਗਾ ਤੇ ਚੱਲ ਸਵੇਰੇ ਵੀ ਵੇਖ ਲਾਂਗੇ ਦੁਜਾ ਉੱਠ ਗਿਆ ਉੱਠ ਗਿਆ ਤੇ ਅਗਲੇ ਦਿਨ ਉਹਨੇ ਨੇ ਫੇਰ ਆ ਕੇ ਉਹ ਉਹੀ ਕਰਾਮਾਤ ਫੇਰ ਕੀਤੀ ਉਹਦੀ ਵੀ ਹੁਣ ਉਹਦੀ ਵੀ ਮਾਇ ਹਜੇ ਹੋਰ ਆਪਦਾ ਤੈਨੂੰ ਜੋਰ ਵਿਖਾਉਣੀ ਹੈ ਹੂੰ ਅਗਲੇ ਦਿਨ ਫੇਰ ਉਹਨੇ ਉਹਨੇ ਆਖਿਆ ਵੀ ਕਾ ਅੱਜ ਵੀ ਨਾ ਉਵੇਂ ਕੱਲ ਵਾਂਗੂ ਜਿਵੇਂ ਤੁਸੀਂ ਸਬਰ ਨਾ ਪੀਤਾ ਸਬਰ ਨਾ ਕੋਟ-ਕੋਟ ਪੀ ਜਾ ਜੇ ਹੂੰ ਤੇ ਪਾਣੀ ਦੂਰ ਖੇਤ ਅੱਸਰ ਤੇ ਲਿਆਉਣਾ ਮੈਂ ਚੱਕ ਕੇ ਨਹੀਂ ਲਿਆ ਉਹਨਾਂ ਤੇ ਪਾਣੀ ਪੀਣ ਜੁਗਰਾ ਥੋੜਾ ਹੈ ਹੂੰ ਥੋੜਾ ਪੀਵਾਂਗੇ ਹੂੰ ਉਹਨੇ ਫੇਰ ਦੂਜਾ ਰੱਖਤਾ ਵੀ ਨਾਲੇ ਉਹਨੂੰ ਲਾ ਲੂਗਾ ਤੇ ਨਾਲੇ ਇਹਨੂੰ ਸੰਭਾਲ ਲੂ ਹੂੰ ਉਹਨੂੰ ਉਹ ਥੋੜਾ ਜਿਹਾ ਉਹਨਾਂ ਨੂੰ ਚੰਗਾ ਲੱਗਿਆ ਹੂੰ ਉਹਨੇ ਚੱਕ ਕੇ ਬਾਲ ਦੇ ਸਿਰ ਇਕਬਾਲ ਚੰਗਾ ਸੀ ਉਤਲੇ ਪਾਸੇ ਵਾਲੇ ਦੇ ਆਪਾ ਘੁੰਗਰੂ ਘੰਗਰੂ ਅੱਗੇ ਜਾਦੇ ਉਤਲੇ ਪਾਸੇ ਵਾਲੇ ਦੇ ਪੁੱਤਲੇ ਨੇ ਮੁੜਨਾ ਹੁੰਦਾ ਭੱਜ ਕੇ ਉਹਨੇ ਉਹਦੇ ਸਿਰ ਸਿੰਘ ਤੇ ਟੰਗਦਾ ਉਹ ਆਦੀ ਆਲ ਹੈ ਉਹ ਚੜਾਤਾ ਬਲਦ ਦੇ ਸਿੰਘ ਤੇ ਚੱਲ ਬਈ ਉਹ ਬਲਦ ਉਵੇਂ ਗਿਆ ਕਰੇ ਤੇ ਉਵੇਂ ਉਹ ਪੁਠਾ ਖੇਤ ਆ ਗਿਆ ਨਾ ਉਹਨੇ ਘਰੇ ਲਾਇਆ ਜਦੋਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਚੀਜ਼ ਹੈ ਬਲਦ ਪੁਠਾ ਲੈ ਕੇ ਖੇਤ ਆ ਗਿਆ ਤੇ ਹੁਣ ਪਾਣੀਆਂ ਆਉਂਦਾ ਤੁਰਿਆ ਤੇ ਬਾਣੀਆਂ ਨੂੰ ਤੇ ਲੱਗੀ ਤੇ ਦੁਪਹਿਰਾ ਦਿੰਦਾ ਤੇ ਉਹਨੇ ਆਖਿਆ ਵੀ ਜਾ ਟੱਕਿਆ ਹੁੰਦਾ ਇਸ ਵੇਲੇ ਤੇ ਕਿਸੇ ਹਿਸਾਬ ਨਾਲ ਠੱਲੀਏ ਥੱਕਿਆ ਵੀ ਹੁੰਦਾ ਤੇ ਅੱਕਿਆ ਵੀ ਹੁੰਦਾ ਤੇ ਦੁਪਹਿਰਾ ਆਖਿਆ ਤੇ ਪਾਣੀ ਵੀ ਪੀਣਾ ਤੇ ਬਾਣੀਆਂ ਮਿੱਠਾ ਤਾਂ ਹੁੰਦਾ ਹੀ ਹੈ ਤੇ ਵਾਟ ਤੇ ਖੜ ਗਿਆ ਤੇ ਬਲਦਾਂ ਨੇ ਵੇਖ ਕੇ ਖੜੂਣਾ ਹੀ ਸੀ ਉਹ ਆਲਾ ਭਗਤਾ ਮਾਇ ਆਹ ਕੱਢਣੇ ਓੜੇ ਤੇ ਤੂੰ ਇੱਥੇ ਖੜ ਗਿਆ ਤੇ ਤੈਨੂੰ ਵੇਖ ਕੇ ਬਲਦ ਤਰਲੇ ਮਾਰਦੇ ਆ ਤੂੰ ਗਾਂਵ ਛਾਂ ਹੋ ਜਾ ਉਹ ਕੋਈ ਸਰਦਾਰ ਜੀ ਕੋਈ ਗਊ ਦੇ ਜਾਏ ਥੱਕੇ ਕੋਈ ਦਾਮ ਲੈ ਲੈਂਦੇ ਖੜ ਜਾਂਦੇ ਖੜਦੇ ਐ ਕਰਦਾ ਕਰਦਾ ਖਰਾੜ ਥੱਲੇ ਉਤਰ ਗਿਆ ਕੋਨੀ 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 ਖੜ ਜਾਂਦੇ ਖੜ ਜਾਂਦੇ ਜਦੋਂ ਨੇ ਮਾਰੀ ਨਿਗਾ ਇਹ ਬਾਲਤੇ ਦਾ ਸੇਂਗ ਤੇ ਚੀਜ਼ ਐਡੀ ਵਧੀਆ ਚੜਾਈ ਫਿਰਦਾ ਤੇ ਇਹ ਇਹ ਬੰਦਾ ਮੈਨੂੰ ਤਾਂ ਲੱਗਦਾ ਇਹਨੂੰ ਪਤਾ ਹੀ ਨਹੀਂ ਇਹਦੇ ਬਾਰੇ ਉਹ ਆ ਸਰਦਾਰ ਜੀ ਪਾਣੀ ਪੀਣਾ ਦਾ ਪੀਲਾ ਦਾ ਪੀਲਾ ਪੀਲਾ ਉਹ ਆ ਜਦੋਂ ਪਾਣੀ ਪੂਣੀ ਪੀਲਾ ਗੱਲੀਬਾਤੀ ਲਾ ਕੇ ਤੇ ਉਹਨੇ ਕਰ ਲਿਆ ਠੰਡਾ ਬੰਦਾ ਕੀ ਰਾਂ ਘਾਪਰਦਾ ਜਦੋਂ ਬੰਦਾ ਅਗਲਾ ਨਾ ਅੱਗੋਂ ਕੁਛ ਕਰੇ ਤੇ ਮੈਂ ਤਾਂ ਹੀ ਕਰਨਾ ਪਏ ਫਿਰ ਕਿੱਡਾ ਹੀ ਹੋਵੇ ਭਾਵੇਂ ਫਿਰ ਉਹਨੂੰ ਚਾਂਤੇ ਤੋਈ ਕਾ ਮੋਹ ਬਣਾ ਲਾ ਲੈਂਦਾ ਉਹਨੇ ਜੀ ਢਿੱਲਾ ਕਰ ਲਿਆ ਹਾਂ ਠੰਡਾ ਕਰ ਲਿਆ ਹਾਂ ਠੰਡਾ ਕਰ ਲਿਆ ਹੁੰਦਾ ਜੇ ਆ ਖੇੜ ਜੀ ਪਿੱਛੇ ਹੀ ਆ ਸਾਡੇ ਜਵਾਕ ਬਹੁਤ ਵੀਰ ਦੇ ਚੀਜੇ ਮੈਨੂੰ ਦੇ ਦੇ ਹਾਂ ਉਹਦਾ ਤੂੰ ਮੈਨੂੰ ਕੁਝ ਦੇ ਦੇਗਾ ਇਹਦਾ ਹੋਵੇ 4 ਆਨੇ 8 ਆਨੇ ਉਹਦਾ ਯਾਰ 8 ਨੇ ਲੈ ਲਾ ਹਾਂ ਉਹਨੇ ਲਾ ਕੇ ਤੇ ਉਹਨੇ ਠਿਆਨੀ ਦੇ ਦੇ ਜੱਟ ਖੁਸ਼ ਹੋ ਗਿਆ ਹਾਂ ਤੇ ਉਹਨੇ ਪੈਰਾਂ ਚ ਮਾਰਿਆ ਦਾ ਚੱਕ ਹਾਂ ਉਹਦੇ ਬੱਸ ਹਾਂ ਤੂੰ ਤਾਂ ਅੰਦੀ ਸੇ ਦੀ ਕੀਮਤ ਹੀ ਕੋਈ ਨਹੀਂ ਇਹ ਬਹੁਤ ਮੁੱਲੇ ਆ ਇਹਦੀ ਰਾਜ ਰਾਨੀ ਨਹੀਂ ਕੀਮਤ ਪੂਰੀ ਦੇ ਸਕਦੇ ਤੇ ਉਹ ਕਰਾੜ ਨੇ ਅਠਾ ਨੇ ਜੀ ਲੈ ਲਿਆ ਉਹ ਤਾਂ ਇਹ ਤਾਂ ਤੇਰਾ ਕੰਮ ਕੁਛ ਨਹੀਂਗਾ ਥੱਗੀ ਦਾ ਕੰਮ ਆ ਉਹਦੀ ਨਹੀਂ ਫਿਰ ਉਹਦੇ ਵੀ ਰੀ ਵੇਖੀ ਲੱਤਾ ਪਿਆ ਹਜੇ ਕੀਮਤ ਉਹਦੀ ਵੀ ਪਊਗੀ ਚਲ ਠੀਕ ਆ ਹੁਣ ਕਰਾੜ ਨੂੰ ਉਹ ਜੋੜਾ ਹੁੰਦੇ ਆ ਕਰਾੜ ਨੂੰ ਪਤਾ ਵੀ ਹੈ ਇਹਦੇ ਕੋਲੇ ਨਾਲੇ ਤਾਂ ਇੱਕ ਹੋਰ ਵੀ ਤੇ ਉਹ ਤਾਂ ਬਈ ਫੇਰ ਆ ਗਿਆ ਅਗਲੇ ਦਿਨ ਫੇਰ ਆ ਗਿਆ ਤੇ ਹਲਵਾ ਦਾ ਤੂੰ ਕਾਹਦਾ ਮੈਂ ਤੈਨੂੰ ਪਾਣੀ ਦੀ ਘੋਟ ਕੱਲ ਪਿਆ ਬੈਠਾ ਤੇ ਤੂੰ ਰੋਡਾ ਲਾ ਗਿਆ ਤੂੰ ਬਲਦ ਤੁਰਦੇ ਨਹੀਂ ਤੈਨੂੰ ਵੀ ਇੱਕ ਖੜਦੇ ਆ ਮੱਲੋ ਮੁੱਲੀ ਬਲਦਾਂ ਨੂੰ ਆ ਸੀ ਜੋ ਬੰਦਾ ਕੋਲੇ ਆ ਜਾਂਦਾ 100 ਚੋਂ ਇੱਕ ਤਾਂ ਭਾਵੇਂ ਨਹੀਂ ਬਲਦ ਖੜਦੇ ਸੀ ਉਹ ਦਮ ਭਾਲਦੇ ਸੀ ਤੇ ਉਹ ਆਦਾ ਕੋਈ ਨਹੀਂ ਸਰਦਾਰ ਜੀ ਕੋਈ ਨਹੀਂ ਕੋਈ ਨਹੀਂ ਖੜ ਜਾਂਦੇ ਦੁਪਹਿਰਾ ਦੁਪਹਿਰਾ ਉਹਨੇ ਫੇਰ ਵਰਾ ਲਿਆ ਭੇਤੀ ਤਾਂ ਹੋ ਗਿਆ ਵੀ ਇਹ ਐਂ ਵਰਾਏ ਤਾਂ ਵਿਰ ਜਾਂਦਾ ਵਿਰਜੂਗਾ ਸਿੱਧਾ ਅਸੀਂ ਬੰਦਾ ਉਹਨੇ ਵਰਾ ਲਿਆ ਪਾਣੀ ਪੂਣੀ ਪੀ ਕੇ ਸਰਦਾਰ ਜੀ ਮੇਰੀ ਬੇਨਤੀ ਵਾਲੀ ਗੱਲ ਆ ਸਾਡੇ ਤਾਂ ਘਰੇ ਰੱਟਾ ਪੈ ਗਿਆ ਜੋ ਆਖ ਦੂਆ ਤੇ ਉਹ ਇੱਕ ਰਹੇਗੀ ਖੇਡ ਹੂੰ ਤੇ ਜੇ ਤੇਰੇ ਕੋਲੇ ਦੂਜਾ ਹੈਗਾ ਨਿਗਾ ਉਹਨੇ ਮਾਰ ਲਈ ਵੀ ਉਹ ਪਿਆ ਤਾਂ ਇਹ ਤਾਂ ਟੰਗਤਾ ਹੋ ਹੂੰ ਉਹਦਾ ਵੀ ਹੈਗਾ ਤੇ ਮੈਂ ਰੁਪਈਆ ਲਹੂੰ ਆ ਦਾ ਹੂੰ ਅੱਜ ਤਾਂ ਹੂੰ ਉਹਦਾ ਉਹਦਾ ਰੁਪਈਆ ਲੈ ਲਾ ਉਹ ਰੁਪਈਆ ਦੇਤਾ ਉਹਨੇ ਤੇ ਉਹਨਾਂ ਦਾ ਲਾਲਾ ਹੁਣ ਕਰਾੜ ਕਿਹੜਾ ਗੋਭੀਏ ਚਲਾਉਂਦਾ ਰਿਹਾ ਸੀ ਉਹ ਡਲਾ ਮਾਰੇ ਕਦੇ ਆਏ ਦੀ ਨਾ ਜੇ ਕਦੇ ਆਏ ਦੀ ਨਾ ਜੇ ਬਾਲ ਦਾ ਤੁਰਨਾ ਜਾਂ ਟੱਕਿਆ ਦਾ ਪਰੇ ਹੋ ਜਾ ਤੇਰੇ ਨਾਲ ਵੱਜੇ ਸਿਰ ਚ ਉਹਨੇ ਚਲਾਇ ਖੱਬੇ ਹੱਥ ਨਾਲ ਸਾਡੇ ਚਿੜੂ ਵਾਂਗੂ ਪਹਿਲੀ ਵਾਰੀ ਘੁਕਦਾ ਤੁਰਿਆ ਦਾ ਚੱਕ ਜਾ ਭਾਜਾ ਉਹਨੇ ਜਾਣੀ ਸੀ ਉਹਨੇ ਲਾ ਕੇ ਉਹਨੇ ਵੀ ਕਿਦੋਂ ਖੜਨਾ ਸੀ ਉਹ ਜਾੜਿਆ ਉਹਨੇ ਆਖਿਆ ਵੀ ਜੱਟ ਦੀ ਤਕਦੀਰ ਬੜੀ ਤੇਜ ਹੈ ਐ ਹੋਈਆਂ ਜੀਆਂ ਚੀਜ਼ਾਂ ਇਹਦੇ ਕੋਲੇ ਬਾਦਸ਼ਾਹਾਂ ਵਾਲੀਆਂ ਤੇ ਹੈ ਭੋਲਾ ਤੇ ਦੀਰ ਬਹੁਤ ਤੇਜ ਹੈ ਦੀ ਬਾਣੀਆਂ ਦੇ ਫੇਰ ਦੋ ਚੌਦਾਂ ਦਿਨਾਂ ਪਿਛੋਂ ਕੁਤਕਦੀਆਂ ਹੀ ਉੱਠੀਆਂ ਤੇ ਫੇਰ ਚੱਲ ਪਿਆ ਉਹ ਹੂੰ ਤੇ ਉਹਦੀ બીજી ਜਵਾਰ ਹੂੰ ਉਹਦੀ ਜਵਾਰ બીજી ਤੇ ਉਹਨਾਂ ਨੇ ਤਾਂ ਵੀ ਕੀ ਕੀਤਾ ਨਾ ਉਹਨੇ ਜਿਹੜੀ ਮਾਇਆ ਦਾ ਜੋਰ ਵਿਖਾਉਂਦੀ ਸੀ ਮਾਇਆ ਆਵਦਾ ਉਹਨੇ ਉਹ ਜਵਾਰ ਮੋਤੀ ਬਣਾਤੇ ਜਵਾਰ ਦੇ ਜਵਾਰ ਦੇ ਪੱਕੀ ਖੜੀ ਸੀ ਜਵਾਰ ਤੇ ਜਦੋਂ ਉਹਨੂੰ ਭੁੱਖ ਲੱਗਿਆ ਕਰੇ ਤਾਂ ਉਹ ਆਥ ਨੇ ਇਹ ਅਸੀਂ ਵੀ ਖਣ ਪ੍ਰੀਤ ਨੂੰ ਮੈਂ ਤਾਂ ਖਾਂਦਾ ਜਵਾਰ ਵੀ ਮਿੱਠੀ ਹੁੰਦੀ ਸੀ ਉਹ ਚਿੱਟੀ ਜਵਾਰ ਹੁੰਦੀ ਸੀ ਤੇ ਭੁੱਖ ਲੱਗੀ ਦੀ ਤੇ ਮਲ ਕੇ ਖਾ ਲੈਂਦੇ ਉਤੋਂ ਗੁੜ ਦੀ ਡਲੀ ਖਾ ਲੈਂਦੇ ਚੱਲ ਇੰਨੇ ਨਾ ਬੰਦਾ ਪੱਠੇ ਪੁੱਠੇ ਸੌਖੇ ਬਾੜ ਲੈਂਦਾ ਸੀ ਤੇ ਉਹ ਖਾਂਦਾ ਸੀ ਉਹ ਖਾਂਦਾ ਸੀ ਵੀ ਜਦੋਂ ਕਰਾੜ ਆਇਆ ਤੇ ਕਰਾੜ ਨੇ ਆ ਕੇ ਤੇ ਉਹਨੂੰ ਫਰਾਇਆ ਸਰਦਾਰ ਜੀ ਆਦਾ ਤੇਰੇ ਕਰਮ ਜਾਗ ਪਿਆ ਦਾ ਉਹ ਆਦਾ ਤੂੰ ਕਿਧਰੋਂ ਰੋਡਾ ਲਾ ਗਿਆ ਵੀ ਉਹ ਤਾਂ ਪਵੇ ਉਹਨੂੰ ਭਾਜ ਭਾਜ ਤੇ ਤੂੰ ਜਾਂਦਾ ਰਹਿ ਆਦਾ ਨਹੀਂ ਨਹੀਂ ਤੇਰੀ ਜਵਾਰ ਇਹ ਨਾ ਉਹਨੇ ਉਹਨੇ ਉਹ ਮੋਤੀ ਬਣਾਤੇ ਮੋਤੀ ਬਣਾਤੇ ਤੇ ਉਹ ਕਰਾੜ ਮੁੜ ਗਿਆ ਉਹਦੇ ਉਹਨੇ ਮੋੜ ਤਾਂ ਪਾਣੀ ਤਾਂ ਨਹੀਂ ਪਿਆ ਕੇ ਤੇ ਉਹਨੇ ਜਵਾਰ ਦੀ ਸਿਫਤ ਕੀਤੀ ਹੂੰ ਇਹ ਸਰਦਾਰ ਜੀ ਜਵਾਰ ਬੜੀ ਪੱਕੀ ਹੈ ਬੜੀ ਸੋਹਣੀ ਜਵਾਰ ਪੱਕੀ ਹੈ ਉਹ ਆਦਾ ਮੇਰੇ ਕੋਲੇ ਆ ਜਵਾਰ ਹੀ ਆ ਬਸ ਦੋ ਕੰਟਰੋਲ ਹੋ ਜਾਈ ਜਿੱਦੀ ਕੋਈ ਹੋ ਜੇ ਜੁਆਕਾਂ ਦਾ ਜਿਹੜਾ ਮੈਂ ਇਹ ਮੇਰੇ ਕੋ ਸਾਰੇ ਵਾਣ ਚ ਜੁਆ ਰਹੀ ਹੈ ਹਮਮ ਹੋਰ ਕੋਈ ਸਾਰਾ ਦੂਜਾ ਵਿਲਾ ਹੀ ਹੈ ਹਮ ਤੇ ਉਹ ਜਦੋਂ ਉੱਠ ਗਿਆ ਤੇ ਜਦੋਂ ਉਹਨੇ ਉਹਨੂੰ ਲੱਗੀ ਭੁੱਖ ਹਮ ਤੇ ਉਹਨੇ ਦੁੰਬੀ ਮਲਣੀ ਸੀ ਰੋਜ ਖਾਂਦਾ ਸੀ ਉਹਨੇ ਜਦੋਂ ਦੁੰਬੀ ਮਲੀ ਝੋਲੀ ਚ ਪਾ ਕੇ ਤੇ ਜਦੋਂ ਉਹਨੇ ਮਾਰੀ ਲੱਪ ਭਰ ਕੇ ਮੂੰਹ ਚ ਤੇ ਉਹ ਮੋਤੀ ਰੋੜਿਆਂ ਵਾਂਗੂ ਕਰੜੇ ਦੇ ਪੱਥਰ ਹੁੰਦਾ ਇਹ ਪੱਥਰ ਤੇ ਹੁੰਦੇ ਆ ਉਹ ਪਾਏ ਕੜਾਕ ਨੂੰ ਖਾਇਆ ਤੇਰੀ ਮਿੱਟੀ ਛੜ ਜਾਏ ਈਂ ਨਿੱਜਤ ਮਾੜੀ ਕੁੜੀ ਆਵੇ ਨਸ਼ਰ ਲਾ ਗਿਆ ਜੁਆਰਦਨ ਹਾਂ ਉਹ ਤਾਂ ਕਰਾਰ ਤੇ ਚੜ ਗਿਆ ਕੰਮ ਤਾਂ ਉਹਨਾਂ ਦਾ ਸੀ ਬੜਾਏ ਤਾਂ ਉਹਨਾਂ ਨੇ ਸੀ ਮੋਤੀ ਤਾਂ ਉਹ ਵੀ ਕਰਾਰ ਤੇ ਚੜ ਗਿਆ ਕਰਾਰ ਤੇ ਚੜ ਗਿਆ ਤੇ ਕਰਾਰ ਫੇਰ ਆਇਆ ਦੂਜੇ ਚੌਥੇ ਦਿਨ ਤੋਂ ਮੈਂ ਪੁੱਛਾਂ ਤੇ ਉਹਨੂੰ ਵੀ ਕੋਈ ਹੋਰ ਖੇਡ ਖੇਡ ਗੀਏ ਇਹ ਬਾષા ਬਣ ਸਕਦਾ ਕਿਸੇ ਦਿਨ ਨੂੰ ਤੇ ਜਾਟਕ ਪਦਾਰਥਿਕ ਇਹਦੀ ਤਕਦੀਰ ਬਹੁਤ ਤੇਜਾਇਬ ਜੀਆਂ ਚੀਜ਼ਾਂ ਰਾਜਾ ਨਾਣਿਆਂ ਕੋਲੇ ਹੁੰਦੀਆਂ ਇਹਦੇ ਕੋਲੇ ਹੋ ਉਹੋ ਜੀ ਚੀਜ਼ ਕੋਈ ਹੋਰ ਵੀ ਇਹ ਤਾਂ ਭੇਤ ਕੱਢ ਗੀਏ ਹੌਲੀ ਹੌਲੀ ਬਾਣੀਆਂ ਤਿੱਖਾ ਹੁੰਦਾ ਉਹ ਬਈ ਜੱਟ ਸੀ ਅੱਕਿਆ ਪਹਿਲੇ ਦਿਨ ਦਾ ਅੱਗੇ ਤਾਂ ਡੋਂਕੇ ਸੰਭਾਲਦਾ ਹੁੰਦਾ ਤੇ ਉਹਦੇ ਉਹਨੇ ਆਖਿਆ ਵੀ ਇਹ ਤਾਂ ਕੱਢ ਗਿਆ ਜਾੜੇ ਤਾਂ ਨਹੀਂ ਹੁਣ ਵੇਖਦੀ ਉਹਨੇ ਤੋੜ ਕੇ ਉਹੀ ਸੜਦੀਆਂ ਦੁੰਬੜਾ ਵੀ ਇਹ ਪਸ਼ੂਆਂ ਤੋਂ ਮੇਂ ਦੀ ਚੱਭੀਆਂ ਜਾਣੀਆਂ ਤੇ ਕਾਲਾ ਕੱਢਦਾ ਸਾਲੀ ਦੀ ਢੀਨੇ ਜਿਤ ਮਾਰੀ ਇਹ ਤਾਂ ਪੱਥਰ ਬਣ ਗਿਆ ਸਾਰਾ ਨજર ਲਾ ਗਿਆ ਨજર ਲਾ ਗਿਆ ਤੇ ਉਹ ਜਦੋਂ ਫੇਰ ਆਇਆ ਪੰਜਾਂ ਚੌਂਦਨਾ ਪਿੱਛੇ ਤੇ ਆ ਕੇ ਖੜ ਗਿਆ ਤੇ ਜੱਟ ਤਾਂ ਪੈ ਗਿਆ ਡੰਡਾ ਲੈ ਕੇ ਤਾਂ ਖੜ ਜਾ ਮੇਰੇ ਆ ਸਾਲਿਆ ਮੈਂ ਤੈਨੂੰ ਪਾਣੀ ਕਹਦਾ ਪਿਉਂਦਾ ਲੈ ਤੇ ਤੂੰ ਤਾਂ ਮੇਰੀ ਜਵਾਰ ਦੀ ਨਜ਼ਰ ਲਾ ਗਿਆ ਤੇ ਪੱਥਰ ਬਣ ਗਿਆ ਉਹ ਆਦਾ ਸਰਦਾਰ ਜੀ ਨਹੀਂ ਪੱਥਰ ਜਵਾਰ ਆ ਉਹਨੇ ਜਦੋਂ ਜਾ ਕੇ ਵੇਖਿਆ ਤੇ ਕਰਾੜ ਨੂੰ ਪਤਾ ਲੱਗ ਗਿਆ ਤੇ ਮੋਤੀ ਆ ਉਹਦਾ ਤੇਰੀ ਤਾਂ ਕਿਸਮਤ ਜਾਗ ਪੀ ਪੈਲਾ ਤਾਂ ਪੰਜ ਸੱਤ ਗੇੜੇ ਲਿਆਂਦੇ ਬਲਦਾਂ ਦੇ ਨਾਲੇ ਕਰਾੜ ਮੂਰੇ ਜੱਟ ਮਗਰਕਿਆ ਖੜ ਜਾ ਮੇਰੇ ਆ ਸਾਲਿਆ ਤੈਨੂੰ ਦਿਨਾਂ ਪਤਾ ਪਾਰੋ ਮੈਂ ਤਾਂ ਮੁੰਤਾ ਕਰਕੇ ਉਹਨੇ ਫੇਰ ਠੰਡਾ ਕਰ ਲਿਆ ਤੇ ਤੂੰ ਮੇਰੀ ਗੱਲ ਤਾਂ ਸੁਣ ਮੈਂ ਵਖਾਤਾ ਸਹੀ ਵਖਾਤਾ ਸਹੀ ਕਰਾਣਾ ਉਹ ਚਾ ਲੋ ਵੇਖ ਤੋੜ ਕੇ ਦੂੰਗੀ ਸਾਲਿਆ ਮੈਂ ਕੱਲ ਮੂੰਹ ਚ ਸਿੱਟ ਬੈਠਾ ਤੇ ਕੜਾਕੇ ਪਏ ਪੈਣ ਮੇਰੇ ਦੰਦ ਟੁੱਟ ਜਾਣੇ ਸੀ ਮੈਂ ਖਾਂਦਾ ਰੂਜ ਤੇ ਤਾਂ ਭੈਣ ਚੋ ਬਣ ਕੇ ਲੋਅਰ ਕੇ ਪੱਥਰ ਨਿਰਾ ਉਹ athe ਮੋਤੀ ਤੇਰੀ ਕਹਦਾ ਸਾਲਾ ਮੋਤੀਆਂ ਦਾ ਮੋਤੀ ਮੇਰੇ ਵਾਹਣ ਚ ਹੋਣੀ ਸੀ ਜੱਟ ਉਹੋ ਹੀ ਗੱਲ ਵੀ ਅਕਲ ਵਿੱਚ ਨਾ ਬੜੇ ਤੇ ਜੱਟ ਉਲਟ ਜਾਵੇ ਉਹਨੇ ਭਈ ਉਹ ਆਦਾ ਵੀ ਤੂੰ ਮੇਰਾ ਮੈਥੋਂ ਗਰੰਟੀ ਲੈ ਲੈ ਤੇ ਮਾਇਤਰੀ ਇਹ ਇਨ ਰੇਟ ਤੇ ਵੇਚੂ 4 5 ਗੁਣੇ 10 ਗੁਣੇ ਵੱਧ ਤੈਨੂੰ ਵਟਕੇ ਦੇਵਾਂਗਾ ਤੇ ਤੂੰ ਆ ਆ ਵੀ ਉਹ ਕੁਛ ਕਰਾਰ ਨਾਲ ਆ ਫਲਾ ਪਿਆ ਸਰਦਾਰ ਜੀ ਇਹ ਤਾਂ ਤੇਰੀ ਕਸਮ ਦੇ ਉਹਨੇ ਇਕੱਠੇ ਕਰ ਲਿਓ ਤਾਂ ਤੂੰ ਪਈਆਂ ਰਹਿੰਦੇ ਕਿਸੇ ਕੰਮ ਨਹੀਂ ਮੇਰੇ ਕਿਸੇ ਕੰਮ ਨਹੀਂ ਇਹ ਰੋੜਾ ਹੈ ਉਹਨੇ ਜੀ ਇਕੱਠੀਆਂ-ਕੁੱਠੀਆਂ ਕਰ ਤੂੰ ਸੰਭਾਲ ਇਹਨਾਂ ਨੂੰ ਕੱਢ ਆਹਦਾ ਮੈਂ ਕੱਢ ਲੂੰਗਾ ਮੈਂ ਲੈ ਜਾਣੇ ਲਿਜੂਣੇ ਕਿਤੇ ਨਹੀਂ ਉਹਦਾ ਨਾਲ ਜਾਈ ਚਾਲਾਂ ਉਨੇ ਵੀ ਸੰਭਾਲ ਲਏ ਤੇ ਜਦੋਂ ਕੱਡੇ ਤੇ ਉਹਨੇ ਚੰਗੀ ਢੇਰੀ ਲਾਗੀ ਜਵਾਰ ਚੰਗੀ ਪੱਕੀ ਸੀ ਆਹ ਦਾ ਭਾਂਦੇ ਨਹੀਂ ਲੱਜੇ ਜਵਾਰ ਹੁੰਦੀ ਨਾ ਕਦੇ ਨਹੀਂ ਇੰਨੀ ਹੁੰਦੀ ਸੀ ਤੇ ਹੁਣ ਇਹ ਰੋੜਾ ਬੇਕਾਰ ਚੀਜ਼ਾਂ ਦੇ ਵਿੱਚ ਢੇਰ ਲੱਗ ਗਿਆ ਬੇਲੂੜੀ ਚੀਜ਼ ਬੜੀ ਬੇਲੂੜੀ ਚੀਜ਼ ਜ਼ਿਆਦਾ ਹੁੰਦੀ ਹੁੰਦੀ ਹੈ ਇਹ ਵਿੱਚ ਢੇਰ ਲੱਗ ਗਿਆ ਤੇ ਜਵਾਰ ਹੁੰਦੀ ਕਦੇ ਨਹੀਂ ਇੰਨੀ ਹੁੰਦੀ ਸੀ ਉਹ ਭਈ ਆ ਗਿਆ ਉਹ ਆਦਾ ਵੀ ਇਹਨੂੰ ਚੱਲ ਮੰਡੀ ਆਦਾ ਮੈਂ ਮੰਡੀ ਕਾ ਮੈਂ ਤਾਂ ਨਹੀਂ ਲੈ ਜਾਂਦਾ ਮੰਡੀ ਆਦਾ ਤੇਰੇ ਚਰ ਤੋਂ ਚੁਣਿਆ ਵੀ ਤੂੰ ਮੈਨੂੰ ਫਸਾਏਗਾ ਆਦਾ ਉਹਨੂੰ ਮੈਨੂੰ ਪਤਾ ਹੈ ਇਹ 400 ਵਿੱਚ ਅਗਲਾ ਫਸਾ ਲੂ ਰੋੜਾ ਨੂੰ ਕੌਣ ਲੈ ਲੂਗਾ ਉਹਦਾ ਸਰਦਾਰ ਜੀ ਮੋਤੀ ਆ ਸਰਦਾਰ ਜੀ ਕਿਉਂ ਮੰਨੇ ਉਹ ਪਵੇ ਉਖੜੀ ਕੁਹਾੜੀ ਨੂੰ ਸਾਲਾ ਮੋਤੀ ਮੋਤੀ ਮੇਰੇ ਬਾਣ ਚ ਆਉਣੀ ਸੀ ਹੂੰ ਉਹਨੇ ਆਖਿਆ ਵੀ ਇਹ ਨਹੀਂ ਮੰਨਦਾ ਦਾ ਜੇ ਮੈਂ ਖਚਰਾਂ ਲਿਆਵਾਂ ਤੇ ਲੈ ਚੱਲ ਗਿਆ ਆਂਦਾ ਮੈਂ ਨਹੀਂ ਨਾਲ ਜਾਣਾ ਹੂੰ ਉਹ ਆਦਾ ਤੇਰਾ ਧਨ ਹੈ ਤੇ ਪੈਸੇ ਤਾਂ ਤੈਨੂੰ ਫੜਨੇ ਪੈਣਗੇ ਹੂੰ ਆਂਦਾ ਫਿਰ ਗੱਲ ਸੁਣ ਲੈ ਮੈਂ ਜੇ ਜਾਣਾ ਤਾਂ ਮੈਂ ਮੰਡੀ 'ਚ ਨਹੀਂ ਵੜਦਾ ਬਾਹਰ ਬੈਠੂੰਗਾ ਹੂੰ ਵੀ ਆਪੇ ਫਸੇਗਾ ਤਾਂ ਤੂੰ ਫਸੇ ਤੇਰੀ ਜਿਹੜੀ ਵਿਉਂਤ ਆ ਉਹ ਗੱਲ ਤੇਰੀ 'ਚ ਮੈਂ ਨਹੀਂ ਆਉਂਦਾ ਹੂੰ ਵੜਾ ਚੱਲ ਬਾਹਰ ਤਾਂ ਨਾਲ ਤਾਂ ਜਾਵੜੇਗਾ ਨਾਲ ਜਾਵਣੂ ਪਰ ਬਾਜ਼ਾਰ ਤੋਂ ਬਾਹਰ ਬੈਠੋ ਮਰਾਸਾ ਮਾਰ ਲਿਆ ਹਥੇ ਸੰਗ ਫੜ ਲਈ ਉਹਨਾਂ ਟਾਈਮਾਂ ਦਾ ਸੰਗ ਸਿਹਾਰ ਬਹੁਤ ਤਗੜਾ ਵੱਡਾ ਸੀ ਚੱਲ ਪਿਆ ਉਹਨੇ ਖਚਰਾ ਲੈ ਲੀਆਂ ਜੀ ਖਚਰਾ ਫੜ ਲੀਆਂ ਤੇ ਵੀ ਚਲੋ ਭਾਈ ਫਲਾਣੇ ਸ਼ਹਿਰ ਲੈ ਚਲੋ ਉੱਥੇ ਜਾ ਕੇ ਵੇਰ ਗਿਆ ਆਂਦਾ ਵੀ ਆ ਬੈਠਾ ਮੈਂ ਤਾਂ ਜਾ ਵੇਚਿਆ ਕਿੰਨੇ ਕਿਵੇਂ ਵੇਚਿਆ ਤੈਨੂੰ ਸ਼ੂਟ ਪਰ ਮੈਂ ਬਾਜ਼ਾਰ 'ਚ ਨਹੀਂ ਵੜਦਾ ਤੂੰ ਪਸਾਏਗਾ ਮੈਨੂੰ ਮੈਨੂੰ ਪਤਾ ਇੱਥੋਂ ਤਾਂ ਮੈਂ ਦੁਆਲੀਆਂ ਦਾ ਭਾਜੂ ਉੱਥੇ ਮੈਨੂੰ ਫੜਾ ਦੇਗਾ ਸਾਲਿਆ ਅੰਦਰ ਕੁੱਟ ਪਊਗੀ ਅਗਲਾ ਆਖੂਗਾ ਵੀ ਰੋਡ ਵੇਚਣ ਆ ਗਏ ਆ ਉਹ ਜਿੱ ਲੈ ਗਿਆ ਜਦੋਂ ਨੇ ਵਿਖਾਇਆ ਤੋ ਆਦੇ ਵੀ ਚੌਂਕ 'ਚ ਬਾਦਸ਼ਾਹ ਦੀ ਦੁਕਾਨ ਹੈ ਇਹ ਤੁਹਾਡੇ ਇਹ ਮੋਤੀ ਆ ਇਹਨਾਂ ਨੂੰ ਅਸੀਂ ਨਹੀਂ ਖਰੀਦ ਸਕਦੇ ਉਹ ਖਰੀਦੂਗਾ ਚੱਲ ਖੱਚਰਾਂ ਵਾਲੇ ਉਹਨਾਂ ਦੇ ਉੱਥੇ ਲੈ ਚੱਲੋ ਜਿਹੜੇ ਜਾ ਕੇ ਵਿਖਾਏ ਤੇ ਉਹਦੇ ਉਹਨਾਂ ਦੇ ਪਰਖਣ ਆਸਤੇ ਜਿਵੇਂ ਆਪ ਬਫਾਰੀਆਂ ਦੇ ਕਣਕ ਵਾਲਿਆਂ ਦੇ ਨਰਮੇ ਵਾਲਿਆਂ ਦੇ ਰੱਖਦੇ ਨੇ ਨਾ 파ਰਖੂ ਉਹ ਜਿਹੜੇ ਬੋਲੀ ਕਰਾਉਣ ਜਾਂਦੇ ਨੇ ਉਹ ਪਹਿਲਾਂ ਵੇਦੇ ਆ ਉਹ ਇਹਨਾਂ ਦੇ 파ਰਖੂ ਹੁੰਦੇ ਆ ਵੀ ਆ ਸੈਂਪਲ ਜਦੋਂ ਵੇਦੇ ਆ ਵੀ ਕਿੰਨੀ ਗ੍ਰੇਡ ਵਾਲੀ ਚੀਜ਼ ਆ ਕੀ ਆ ਇਹ ਇੱਕ ਨੰਬਰ ਆ ਦੋ ਨੰਬਰ ਆ ਐ ਉਹ ਉਹਨਾਂ ਨੇ ਜੋ ਵੇਖੇ ਉਹਨੇ ਸੱਦੇ ਵੀ ਸੱਦੋ ਉਹਨਾਂ ਨੂੰ ਜ਼ੌਰੀ ਬੱਚੇ ਆਂਦਾ ਹੁੰਦਾ ਹੀ ਬਾਬਾ ਇਹਨਾਂ ਨੂੰ ਜ਼ੌਰੀ ਬੱਚੇ ਸੱਦੇ ਤੇ ਉਹਨਾਂ ਨੇ ਨਿਰਖ 파ਰਖ ਕੀਤੀ ਉਹਦੇ ਵੀ ਆਪਣੇ ਤਾਂ ਇਹਨਾਂ ਨਾਲ ਦੇ ਮੋਤੀ ਹੈ ਨਹੀਂ ਇਹ ਤਾਂ ਬਹੁਤ ਵਧੀਆ ਕੀਮਤ ਵਾਲੇ ਆ ਤੇ ਪਰ ਇਹ ਸਾਨੂੰ ਐਂ ਲੱਗਦਾ ਵੀ ਇਹ ਨੂੰ ਇਹਨਾਂ ਦੇ ਬਾਰੇ ਪੂਰੀ ਜਾਣਕਾਰੀ ਨਹੀਂਗੀ ਇਹ ਨੂੰ ਕਦਰ ਤਾਂ ਨਹੀਂ ਪਤਾ ਤੇ ਜੇ ਇਹ ਨੂੰ ਰਾਜ਼ ਹੀ ਕਰ ਦਿਓ ਤੇ ਜੇ ਰਾਜ਼ ਹੀ ਹੁੰਦਾ ਤੇ ਮੋਤੀ ਤਾਂ ਲੈਣ ਵਾਲੇ ਬਾਦਸ਼ਾਹ ਨੂੰ ਆਦੇ ਉਹਦਾ ਵੀ ਸਹੀ ਹੈ ਜੀ ਸਹੀ ਹੈ ਜੀ ਹਾਂ ਵੀ ਉਹਨਾਂ ਦਾ ਕਰ ਗੱਲ ਉਹਦੇ ਜੀ ਮੈਂ ਗੱਲ ਕੀ ਕਰਨੀ ਹੈ ਤੁਸੀਂ ਵੇਖ ਲਓ ਜਿੰਨੇ ਕਦਾ ਮੇਰਾ ਮਾਲ ਹੈਗਾ ਮੈਨੂੰ ਦੇ ਦਿਓ ਉਹਦਾ ਭਾਈ ਫਿਰ ਬਾਦਸ਼ਾਹ ਵੀ ਇਹੋ ਜਾਈ ਸੁਆ ਤਾਂ ਫਿਰ ਗੱਲ ਕੀਤੀ ਹੈ ਅਸੀਂ ਤਾਂ ਠੇਕਾ ਹੀ ਆ ਇਹ ਲੱਦ ਦੇ ਤੇ ਉਥੋਂ ਧੰਦੀਆਂ ਖੁਰਜੀਆਂ ਭਰ ਲੈ। ਹਾਂ ਬਸ ਉਹ ਤਾਂ ਖੁਸ਼ ਆ ਉਹ ਤਾਂ ਬਗੋ ਬਗੋ ਉਹ ਤਾਂ ਮੈਂ ਤਾਂ ਜਮਾ ਖੁਸ਼ ਹਾਂ। ਹਾਂ ਬਸ ਠੀਕ ਆ ਫਿਰ ਚੱਲ ਉਥੇ ਲੱਦ ਦੇ ਇਹਨਾਂ ਨੂੰ ਤੇ ਉਹ ਧਨ ਬਾਰ ਖੋਲ ਤਾਂ ਤੇ ਇਥੋਂ ਭਰ ਲੈ। ਉਹ ਖੁਰਜੀਆਂ ਪੁੱਠੀਆਂ ਭਰਾ ਤੀਆਂ। ਪੁੱਠੀਆਂ ਭਰਾ ਤੀਆਂ ਤੇ ਉਹ ਬੈਠਾ ਹੁਣ ਖੁੰਡ ਤੇ ਨਿਗਾਹ ਉਹਦੀ ਉਧਰ ਵੀ ਜੇ ਪੁਲਿਸ ਵਾਲੇ ਦੇ ਸੇ ਤਾਂ ਆਪਾਂ ਬਾਅਦ ਚੱਲਾਂਗੇ। ਹਾਂ ਕਾਰੀਚਰ ਤੋਂ ਮੁੜਿਆ। ਉਹਨੇ ਆਖਿਆ ਮੇਰਾ ਸਾਲਾ ਆਇਆ ਹੋਇਆ ਹੈ ਪਤਾ ਨਹੀਂ ਕੀ ਪੰਗਾ ਕਰਕੇ ਆਇਆ ਹੁਣ ਆਉਂਦਾ ਤਾਂ ਹੈ। ਹਾਂ ਆ ਗਿਆ ਜਦੋਂ ਖਲਾ ਸਰਦਾਰ ਜੀ ਤੈਨੂੰ ਮੈਂ ਬਣਾਤਾ ਰਾਜਾ ਬਾਦਸ਼ਾਹ ਹਲਵਾ ਤੋਂ ਹਲਪਤ ਬਾਦਸ਼ਾਹ ਖਵਾਏਗਾ ਤੂੰ ਉਹਦਾ ਰਹਿਣਦੇ ਰਹਿਣਦੇ ਤੂੰ ਆਪਦੇ ਕੋਲੇ ਰੱਖ ਤੂੰ ਨਾ ਮੈਨੂੰ ਇੰਨਾ ਵੜਿਆ ਮੈਂ ਤੇਰੀ ਗੱਲ 'ਚ ਨਹੀਂ ਆਉਣ ਵਾਲਾ ਮੈਂ ਨਹੀਂ ਆਉਂਦਾ ਉਹ ਚੁੱਪ ਕਰ ਗਿਆ ਬਾਣੀਆਂ ਸਿਆਣਾ ਸੀ ਵੀ ਜੱਟ ਕਮਲਾ ਹੌਲੀ ਹੌਲੀ ਲੀ ਤੇ ਆਊਗਾ ਲੈਤਾਵਾਂਗੇ ਪਰ ਓੱਖਾ ਜਾਈ ਆਊਗਾ ਉਹ ਚੱਲ